ਸਤਿਕਾਰ ਦੋਸਤੋ ਆਮ ਨਾਟ ਸ਼ੋਰ ਕਿ ਮੈਂ ਲਾਈਵ ਹੋ ਚੁੱਕਿਆ ਕਿ ਨਹੀਂ ਪਲੀਜ਼ ਜੇ ਤੁਹਾਨੂੰ ਮੇਰਾ ਵੀਡੀਓ ਜਿਹੜੇ ਸਾਨੂੰ ਲਾਈਵ ਫੇਸਬੁੱਕ 'ਤੇ ਦੇਖ ਰਹੇ ਨੇ ਜਾਂ ਆਪਣਾ ਸਨੈਪ ਇੰਸਟਾਗ੍ਰਾਮ 'ਤੇ ਦੇਖ ਰਹੇ ਨੇ ਪਲੀਜ਼ ਥੋੜ੍ਹੇ ਜਿਹੇ ਲਾਈਕ ਸ਼ਾਕ ਛੱਡੋ ਸਾਨੂੰ ਪਤਾ ਲੱਗੇ ਕਿ ਤੁਸੀਂ ਯੂ ਸਟਾਰਟ ਵਾਚਿੰਗ ਅਸ ਆਈ ਥਿੰਕ ਇੰਸਟਾਗ੍ਰਾਮ 'ਤੇ ਲਾਈਵ ਚੱਲ ਪਿਆ ਅਤੇ ਫੇਸਬੁੱਕ 'ਤੇ ਲਾਈਵ ਦਾ ਇੰਤਜ਼ਾਰ ਹੈ ਅਤੇ ਐਨੀਵੇ ਵੈਲਕਮ everyone on our live session ਦੇ ਸੈਸ਼ਨ ਨੂੰ ਸ਼ੁਰੂ ਕਰਦੇ ਹੋਏ ਕਿ ਮੈਂ ਥੋੜ੍ਹਾ ਜਿਹਾ ਤੁਹਾਨੂੰ ਜਿਨ੍ਹਾਂ ਨੂੰ ਮੇਰੇ ਬਾਰੇ ਨਹੀਂ ਪਤਾ ਮੈਂ ਉਹਨਾਂ ਨੂੰ ਦੱਸਦਾ ਆਪਣੇ ਬਾਰੇ ਕਿ ਮੇਰਾ ਨਾਮ ਸੁਨੀਲ ਵਰਮਾ ਆਈ ਐਮ ਦਾ ਡਾਇਰੈਕਟਰ ਆਫ ਹੈਲਥ ਡਰੋਪਸ ਅਸੀਂ ਇਹ ਬਿਜ਼ਨਸ ਆਲਮੋਸਟ 4 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਆਈ ਵਾਜ਼ 141 ਕਿਲੋ ਉਸ ਟਾਈਮ 'ਤੇ ਮੈਂ 27 ਕਿਲੋ 84 ਦਿਨ ਦੇ ਵਿੱਚ ਲੂਜ਼ ਕੀਤਾ ਸੀ ਅਤੇ ਆਲ ਟੂਗੈਦਰ ਆਈ ਲੂਜ਼ ਅਰਾਊਂਡ 40+ ਕਿਲੋ ਅਤੇ ਉਸ ਵੇਲੇ 40+ ਕੀਤਾ ਸੀ ਬਟ ਸਮਹਾਓ ਉਸ ਵੇਲੇ ਕੋਈ ਵੀ ਇੱਦਾਂ ਦੇ ਐਵੀਡੈਂਸ ਡਾਕੂਮੈਂਟੇਸ਼ਨ ਜ਼ਿਆਦਾ ਨਹੀਂ ਇਕੱਠੀ ਕਰ ਸਕੇ ਅਤੇ ਆਈ ਸਟਾਰਟ ਮਾਈ ਸੈਕਿੰਡ ਇਨਿੰਗ ਫੋਰ ਲੂਜ਼ਿੰਗ ਵਾਈਟ ਆਲਮੋਸਟ ਜਨਵਰੀ ਦੇ 2nd or 3rd ਤਰੀਕ ਤੋਂ ਆਈ ਲੂਜ਼ ਅਰਾਊਂਡ 15 ਕਿਲੋ ਇਨ ਫਰੋਮ ਜਨਵਰੀ ਅਪ ਟੂ ਮਿਡਲ ਆਫ ਦਾ ਫੈਬ ਅਤੇ ਹੁਣ ਆਈ ਐਮ ਥਿੰਕਿੰਗ ਟੂ ਗਿਵ ਅ ਨਿਊ ਚੈਲੇਂਜ ਟੂ ਮਾਈ ਸੈਲਫ ਇਨ ਅ ਨੈਕਸਟ 90 ਡੇਜ਼ ਆਈ ਵਾਂਟ ਟ੍ਰਾਂਸਫੋਰਮ ਮਾਈ ਬਾਡੀ ਬਟ ਉਹਦੇ ਵਿੱਚ ਕੀ ਹੈ ਟ੍ਰਾਂਸਫਰ ਕਰਦੇ ਹੋਏ ਜੇ ਕਿਸੇ ਤਰ੍ਹਾਂ ਦੇ ਜੋ ਵੀ ਮੈਂ ਪੂਰੀ ਉਹਨੂੰ ਡਾਕੂਮੈਂਟੇਟਿਡ ਕਰਨ ਦੀ ਕੋਸ਼ਿਸ਼ ਕਰੂੰਗਾ ਜੇ ਉਹਦੇ 'ਚ ਕਿਸੇ ਤਰ੍ਹਾਂ ਦਾ ਮੈਂ ਕੁਛ ਵੀ ਕਰ ਰਿਹਾ ਆ ਡੈਫੀਨੇਟਲੀ ਲੈਟ ਯੂ ਗਾਇਸ ਸੋ ਯੂ ਗਾਇਸ ਕੈਨ ਫੋਲੋ ਮੀ ਜੇ ਤੁਹਾਡੇ ਕੋਲ ਸੁਜੈਸ਼ਨ ਹੈ ਡੈਫੀਨੇਟਲੀ ਆ ਫੋਲੋ ਐਪ ਬਟ ਆ ਮੇਕ ਸ਼ੋਰ ਕਿ ਉਹਦੇ ਵਿੱਚ ਕੋਈ ਵੀ ਮੈਂ ਇਸ ਤਰ੍ਹਾਂ ਦਾ ਜਿਵੇਂ ਆਪਣਾ ਪੋਸਟ ਵਰਕਆਊਟ ਸਪਲੀਮੈਂਟ ਜਾਂ ਕਿਸੇ ਹੋਰ ਤਰ੍ਹਾਂ ਦਾ ਸਪਲੀਮੈਂਟ ਨਹੀਂ ਲਵਾਂਗਾ ਅਤੇ ਉਸ ਨੂੰ ਮੇਕ ਸ਼ੋਰ ਕਰਨ ਦੇ ਲਈ ਆਮ ਗੋਇੰਗ ਟੂ ਡੂ ਦਾ ਬਲੱਡ ਡੋਨੇਸ਼ਨ ਔਨ ਮੰਡੇ ਅਤੇ ਐਵਰੀ ਮੰਥ ਮੈਂ ਬਲੱਡ ਡੋਨੇਟ ਕਰਦਾ ਰਹੂੰਗਾ ਤਾਂ ਉੱਥੋਂ ਮੈਨੂੰ ਪਤਾ ਤੁਹਾਨੂੰ ਵੀ ਪਤਾ ਲੱਗ ਦੂਗਾ ਮੈਨੂੰ ਵੀ ਪਤਾ ਲੱਗ ਦੂਗਾ ਕਿ ਆਮ ਨੋਟ ਡੂਇੰਗ ਐਨੀਥਿੰਗ ਰੋਂਗ ਵਿਦ ਮਾਈ ਬਾਡੀ ਅਤੇ ਅੱਜ ਦੇ ਸੈਸ਼ਨ ਬਾਰੇ ਗੱਲ ਕਰੀਏ ਤਾਂ ਅੱਜ ਦਾ ਸੈਸ਼ਨ ਦਾ ਸਬਜੈਕਟ ਹੈ ਡ੍ਰੀਮ ਇਟ ਬਲੀਵ ਇਟ ਐਂਡ ਅਚੀਵ ਇਟ ਇਸ ਸਾਊਂਡ ਬੜੀ ਸਿੰਪਲ ਜੀ ਹੈ ਬਟ ਇਹਦਾ ਮਤਲਬ ਬੜਾ ਗਹਿਰਾ ਹੈ ਕਿ ਜੇ ਤੁਸੀਂ ਕੋਈ ਡ੍ਰੀਮ ਲੈਂਦੇ ਹੋ ਤਾਂ ਹੀ ਤੁਸੀਂ ਉਸਨੂੰ ਅਚੀਵ ਕਰ ਸਕਦੇ ਹੋ ਜੇ ਤੁਸੀਂ ਡ੍ਰੀਮ ਨਹੀਂ ਲਿੱਤਾ ਦੇਰ ਇਜ਼ ਨੋ ਵੇ ਯੂ ਕੈਨ ਅਚੀਵ ਇਟ ਐਂਡ ਦੂਸਰਾ ਆ ਜਾਂਦਾ ਉਹਦਾ ਪਿੱਲਰ ਕਿ ਯੂ ਨੀਡ ਟੂ ਬਲੀਵ ਔਨ ਯੂਰ ਸੈਲਫ ਜੇ ਤੁਸੀਂ ਬਲੀਵ ਹੀ ਨਹੀਂ ਕਰਦੇ ਦੇਰ ਇਜ਼ ਨੋ ਵੇ ਯੂ ਕੈਨ ਅਚੀਵ ਦੈਟ ਅਤੇ ਅਚੀਵ ਦੇ ਲਈ ਕਿਸੇ ਚੀਜ਼ ਨੂੰ ਅਚੀਵ ਕਰਨ ਦੇ ਲਈ ਤੁਹਾਨੂੰ ਦੋ ਚੀਜ਼ਾਂ ਜ਼ਰੂਰ ਕਰਨੀਆਂ ਪੈਣੀਆਂ ਇੱਕ ਆਪਣੇ ਆਪ 'ਤੇ ਬਲੀਵ ਦੂਜਾ ਉਹਦਾ ਡ੍ਰੀਮ ਜੇ ਤੁਸੀਂ ਡ੍ਰੀਮ ਹੀ ਨਹੀਂ ਦਿੱਤਾ ਤਾਂ ਬਲੀਵ ਵੀ ਨਹੀਂ ਆਏਗਾ ਬਲੀਵ ਨਹੀਂ ਆਇਆ ਤਾਂ ਅਚੀਵ ਤਾਂ ਕਿਸੇ ਵੇਲੇ ਵੀ ਨਹੀਂ ਹੋ ਸਕਦਾ ਅਤੇ ਇਹਦੇ ਵਿੱਚ ਮੈਂ ਪਹਿਲਾਂ ਗੱਲ ਕਲੀਅਰ ਕਰ ਦੇਣਾ ਕਿ ਆਈ ਹੈਵ ਨੋ ਇੰਟੈਂਸ਼ਨ ਅਤੇ ਇਹਦੇ ਵਿੱਚ ਮੈਂ ਕਿਸੇ ਵੀ ਤਰ੍ਹਾਂ ਤੁਹਾਨੂੰ ਕੋਈ ਚੀਜ਼ ਨਵੀਂ ਸਿਖਾਉਣ ਨਹੀਂ ਲੱਗਿਆ ਆਮ ਨਾ ਗੋਨ ਟੀਚ ਯੂ ਐਨੀਥਿੰਗ ਕੋਈ ਟੀਚ ਕਰਨ ਦਾ ਇੰਟੈਂਸ਼ਨ ਵੀ ਨਹੀਂ ਹੈ ਕੋਦ ਆਪਣੇ ਆਪਾਂ ਸਾਰਿਆਂ ਕੋਲ ਗਿਆਨ ਬਹੁਤ ਹੈ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਿਹੜੀ ਚੀਜ਼ ਕਰਨੀ ਚਾਹੀਦੀ ਹੈ ਕਿਹੜੀ ਚੀਜ਼ ਨਹੀਂ ਕਰਨੀ ਚਾਹੀਦੀ ਬਸ ਥੋੜ੍ਹੀ ਜਿਹੀ ਇੰਟੈਂਸ਼ਨ ਹੈ ਕਿ ਆਮ ਸਟਾਰਟ ਮੇਕਸ ਯੂ ਥਿੰਕ ਕਿ ਕੁਛ ਨਾ ਕੁਛ ਸੋਚਣ ਦੇ ਆਪਾਂ ਕਰ ਲਈਏ ਕਿ ਆਪਾਂ ਕਿੱਥੇ ਗਲਤ ਕਰ ਰਹੇ ਹਾਂ ਜਿਸ ਕਰਕੇ ਜੋ ਮੈਂ ਗਲਤ ਕਰ ਰਿਹਾ ਸੀਗਾ ਦੈਟਸ ਵਾਈ ਆਈ ਪੁੱਟ ਲੋਟ ਆਫ ਵਾਈਟ ਕਿ ਗਲਤੀ ਕਰ ਰਹੇ ਸੀ ਜੋ ਤੁਹਾਨੂੰ ਗਲਤੀ ਆਪਣੇ ਆਪ ਨੂੰ ਪਤਾ ਲੱਗ ਜਾਏ ਤੁਸੀਂ ਆਪਣੇ ਆਪ ਨੂੰ ਫਿਕਸ ਕਰ ਸਕੋ ਇੱਕ ਦੂਜੇ ਨੂੰ ਸਿੱਖਣ ਸਿਖਾਉਣ ਵਾਲੇ ਕੰਮ ਦੇ ਲਈ ਆਪਣੇ ਕੋਲ ਗੂਗਲ ਹੈਗਾ ਜਾਂ ਆਪਣੇ ਕੋਲ ਹੋਰ ਸਾਰੇ ਵਿਦਵਾਨ ਹੈਗੇ ਜਿਹੜੇ ਆਪਾਂ ਨੂੰ ਸਲਾਹ ਦੇ ਸਕਦੇ ਨੇ ਅਤੇ ਬਟ ਆਈ ਐਮ ਡੂਇੰਗ ਰੋਂਗ ਕੀ ਹੋ ਰਿਹਾ ਸੀਗਾ ਪਹਿਲਾਂ ਕਿ ਜਨਰਲੀ ਆਪਾਂ ਸਾਰੇ ਕਰਦੇ ਹਾਂ ਪਰ ਮੈਂ ਆਪਣੇ ਬਾਰੇ ਹੀ ਗੱਲ ਕਰਾਂਗਾ ਬਿਕੋਜ਼ ਆਈ ਡੋਂਟ ਵਾਂਟ ਟੈਲ ਆਈ ਡੋਂਟ ਵਾਂਟ ਟਾਕ ਅਬਾਊਟ ਐਨੀ ਵਨ ਐਲਸ ਅਤੇ ਆਪਣੇ ਬਾਰੇ ਕੀ ਹੁੰਦਾ ਹੈ ਕਿ ਅਸੀਂ ਵੰਸ ਵੀ ਗੈਟ ਮੋਟੀਵੇਟ ਔਰ ਪੰਪਡ ਅਪ ਕਿਸੇ ਤਰੀਕੇ ਨਾਲ ਅਸੀਂ ਮੋਟੀਵੇਟ ਜਾਂ ਪੰਪਡ ਅਪ ਹੋ ਜਾਂਦੇ ਹਾਂ ਅਸੀਂ ਸਿੱਧਾ ਜਾ ਕੇ ਜਿੰਮ 'ਚ ਵਰਕਆਊਟ ਸ਼ੁਰੂ ਕਰ ਦਿੰਦੇ ਹਾਂ ਅਤੇ ਸਾਨੂੰ ਕੋਈ ਆਈਡੀਆ ਨਹੀਂ ਹੁੰਦਾ ਅਸੀਂ ਕੀ ਕਰ ਰਹੇ ਹਾਂ ਬਸ ਬਿਕੋਜ਼ ਆਫ ਦਾ ਮੋਟੀਵੇਸ਼ਨ ਮਿੰਟ ਮੈਂ ਇਹ ਤੋਂ ਆਨ ਕਰਨਾ ਗਰਮੀ ਹੋ ਗਈ ਹਾਂਜੀ ਅਤੇ ਅਸੀਂ ਜਿੰਮ 'ਚ ਸਿੱਧਾ ਜਾ ਕੇ ਵਰਕਆਊਟ ਸ਼ੁਰੂ ਕਰ ਦਿੰਦੇ ਹਾਂ ਅਤੇ ਸਾਨੂੰ ਕੁਛ ਆਈਡੀਆ ਨਹੀਂ ਹੁੰਦਾ ਕਿ ਅਸੀਂ ਕੀ ਕਰਨਾ ਉੱਥੇ ਕੀ ਵਰਕਆਊਟ ਕਰਨਾ ਅਸੀਂ ਸਿੰਪਲੀ ਜਾਂਦੇ ਹਾਂ ਕਰ ਲੱਗ ਜਾਂਦੇ ਹਾਂ ਹਫ਼ਤੇ 10 ਦਿਨ ਬਾਅਦ ਜਦੋਂ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਦੇ ਅਸੀਂ ਸਿੰਪਲੀ ਗੈਟ ਡੀਮੋਟਿਵ ਹੋ ਕੇ ਆਪਾਂ ਕਹਿ ਦਿੰਦੇ ਹਾਂ ਕਿ ਇਹ ਸਾਡੇ ਵੱਸ ਦਾ ਰੋਗ ਨਹੀਂ ਹੈ ਦੈਨ ਵੀ ਸਟਾਰਟ ਫੋਲੋਇੰਗ ਅਪ ਦਾ ਹੋਰ ਚੀਜ਼ਾਂ ਤਲਾਸ਼ਣ ਲੱਗ ਜਾਂਦੇ ਹਾਂ ਫਿਰ ਮਹੀਨੇ 2 ਮਹੀਨੇ 3 ਮਹੀਨੇ ਬਾਅਦ ਸਾਡੀ ਫਿਰ ਮੋਟੀਵੇਸ਼ਨ ਜਾਗਦੀ ਹੈ ਕਿ ਅਸੀਂ ਫਿਰ ਜਾ ਕੇ ਜਿੰਮ ਸ਼ੁਰੂ ਕਰ ਦਿੰਦੇ ਹਾਂ ਫਿਰ ਉੱਥੇ ਵਰਕਆਊਟ ਸ਼ੁਰੂ ਕਰ ਦਿੰਦੇ ਹਾਂ 10-15 ਦਿਨ ਆਪਣੀ ਬਾਡੀ ਨੂੰ ਚੰਗੀ ਤਰ੍ਹਾਂ ਤੰਗ ਕਰ ਲੈਂਦੇ ਹਾਂ ਸੋਰ ਕਰ ਲੈਂਦੇ ਹਾਂ ਅਤੇ ਫਿਰ ਉਹੀ ਸਰਕਲ ਚੱਲਦਾ ਰਹਿੰਦਾ ਅਤੇ ਇਸ ਤਰ੍ਹਾਂ ਹੋਪਫੁਲੀ ਮੈਨੂੰ ਲੱਗਦਾ ਤੁਹਾਡੇ 'ਚੋਂ ਵੀ ਕਈ ਹੋਣਗੇ ਜਿਹੜੇ ਨੇ ਸਾਲ ਹੋ ਗਏ ਆਪਣੀ ਜਿੰਮ ਦੀ ਮੈਂਬਰਸ਼ਿਪ ਲਿੱਤੀ ਹੋਈ ਹੈ ਨਾ ਉਹਨੂੰ ਆਪਾਂ ਕੈਂਸਲ ਕਰਾਉਂਦੇ ਹਾਂ ਨਾ ਉਹਨੂੰ ਰੱਖਦੇ ਹਾਂ ਉੱਥੇ ਕੀ ਘੁੰਮੀ ਜਾਂਦੀ ਹੈ ਅਤੇ ਇਹਦੇ
ਜੋ ਮੈਂ ਫਾਈਂਡ ਆਊਟ ਕੀਤਾ ਕਿ ਬਿਫੋਰ ਸਟਾਰਟਿੰਗ ਐਨੀਥਿੰਗ ਵੀ ਨੀਡ ਟੂ ਮੈਚ ਦਾ ਐਕਸ਼ਨ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ। ਅਸੀਂ ਐਕਸ਼ਨ ਨੂੰ ਮੈਚ ਨਹੀਂ ਕਰਦੇ, ਅਸੀਂ ਸਥਿਤੀ ਜਿੱਥੇ ਤੱਕ ਮੈਂ ਦੇਖਿਆ ਇਟਸ ਆਲ ਟੂਗੈਦਰ ਇਟਸ ਗੋਟ ਅ ਫੋਰ ਸਟੇਜਿਸ। ਪਹਿਲੀ ਸਟੇਜ ਹੁੰਦੀ ਹੈ ਤੁਹਾਡੀ ਡਾਇਟ, ਦੂਜੀ ਸਟੇਜ ਹੁੰਦੀ ਹੈ ਤੁਹਾਡੀ ਕਮਿਟਮੈਂਟ, ਤੀਜੀ ਸਟੇਜ ਹੁੰਦੀ ਹੈ ਤੁਹਾਡਾ ਵਰਕਆਊਟ, ਚੌਥੀ ਹੁੰਦੀ ਹੈ ਕਿ ਜੇ ਕਿਸੇ ਨੇ ਕੋਈ ਕੰਪੀਟੀਸ਼ਨ ਵਗੈਰਾ ਲੜਨਾ ਬਾਡੀ ਬਿਲਡਿੰਗ, ਦੈਟਸ ਅ ਡਿਫਰੈਂਟ ਥਿੰਗ। ਬਟ ਫਸਟ ਵੀ ਨੀਡ ਟੂ ਮੈਚ ਦਾ ਐਕਸ਼ਨ, ਸਾਡਾ ਗੋਲ ਕੀ ਹੈ, ਅਸੀਂ ਕਰਨਾ ਕੀ ਚਾਹੁੰਦੇ ਹਾਂ, ਅਸੀਂ ਉਹਨੂੰ ਕਿਵੇਂ ਇੰਪਲੀਮੈਂਟ ਕਰ ਸਕਦੇ ਹਾਂ। ਵੀ ਆਲ ਵਾਂਟ ਅ ਡ੍ਰੀਮ ਬਾਡੀ, ਵੀ ਆਲ ਵਾਂਟ ਬੀ ਅ ਸ਼ਾਹਰੁਖ ਖਾਨ, ਹਰ ਇੱਕ ਦੀ ਆਪਾਂ ਚਾਹੁੰਦੇ ਹਾਂ ਕਿ, ਬਟ ਵੀ ਨੀਡ ਟੂ ਪਲੈਨ। ਅਤੇ ਜੋ ਮੈਂ ਕਰਦਾ ਸੀਗਾ ਕਿ ਅਨਪਲੈਨਡ ਹੋ ਕੇ ਆਪਾਂ ਉਸਨੂੰ ਸ਼ੁਰੂ ਕਰਦੇ ਸੀ, ਫਿਰ ਉੱਥੇ ਟੱਕਰਾਂ ਮਾਰ ਕੇ ਵਾਪਿਸ ਆ ਜਾਂਦੇ ਸੀ। ਤਾਂ ਵੀ ਨੀਡ ਟੂ ਵਾਚ ਦਾ ਐਕਸ਼ਨ, ਆਪਣੇ ਗੋਲ ਕੀ ਹੈ, ਵਾਈ ਐਂਡ ਵੇਅਰ, ਹਾਓ ਐਂਡ ਕਿੱਦਾਂ ਆਪਾਂ ਉਸਨੂੰ ਰੀਚ ਕਰ ਸਕਦੇ ਹਾਂ, ਕਿਵੇਂ ਆਪਾਂ ਸ਼ੁਰੂ ਕਰਾਂਗੇ। ਅਤੇ ਉਸ ਤੋਂ ਪਹਿਲਾਂ ਵੀ ਨੀਡ ਟੂ ਅੰਡਰਸਟੈਂਡ, ਪਹਿਲਾ ਸਟੈਪ ਹੁੰਦਾ ਕਿਸੇ ਤਰ੍ਹਾਂ ਦੀ ਫਿਜ਼ੀਕਲ ਟ੍ਰਾਂਸਫੋਰਮੇਸ਼ਨ ਦੇ ਲਈ, ਜੋ ਮੈਂ ਆਪਣੀ ਹੀ ਗੱਲ ਕਰ ਰਿਹਾ, ਮੈਂ ਕਿਸੇ ਦੇ ਦੱਸਾਂ, ਕਿਸੇ ਨੂੰ ਸਿਖਾ ਨਹੀਂ ਰਿਹਾ ਓਬਵੀਅਸਲੀ। ਅਤੇ ਪਹਿਲਾ ਸਟੈਪ ਹੁੰਦਾ ਕਿ ਆਪਾਂ ਆਪਣੀ ਡਾਇਟ, ਅਸੀਂ ਜਿੰਮ 'ਚ ਤੀਜੀ ਸਟੇਜ 'ਤੇ ਚੱਲ ਜਾਂਦੇ ਹਾਂ, ਜਿੱਦਾਂ ਮੈਂ ਦੱਸਿਆ ਪਹਿਲੀ ਦੂਜੀ ਤੀਜੀ ਸਟੇਜ 'ਤੇ ਚੱਲ ਜਾਂਦੇ ਹਾਂ, ਅਸੀਂ ਵਰਕਆਊਟ ਕਰਨ ਲੱਗ ਜਾਂਦੇ ਹਾਂ, ਪਰ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਖਾਣਾ ਕੀ ਹੈ, ਕੀ ਕਰ ਲੈਂਦੇ ਹਾਂ, ਸਿੰਪਲੀ ਮੈਸਡ ਅਪ ਕਰ ਲੈਂਦੇ ਹਾਂ ਕਿ ਜਿੰਮ 'ਚ ਵਰਕਆਊਟ ਕੀਤਾ, ਕਰਿਆ ਕਿ ਪਤਾ ਨਹੀਂ ਕੀ ਖਾਣਾ, ਚਲੋ ਜੀ ਮੈਸਡ ਅਪ ਹੋ ਗਿਆ, ਉੱਧਰ ਵਰਕਆਊਟ ਕਰੀ ਜਾਂਦੇ ਹਾਂ, ਇੱਧਰ ਰਿਜ਼ਲਟ ਨਹੀਂ ਮਿਲਦੇ, ਡੀਮੋਟਿਵ ਹੋ ਗਏ, ਕੰਮ ਖਤਮ। ਤਾਂ ਫਸਟ ਥਿੰਗ ਵੀ ਨੀਡ ਟੂ ਅੰਡਰਸਟੈਂਡ ਕਿ ਸਾਡਾ ਗੋਲ ਕੀ ਹੈ ਅਤੇ ਸਾਨੂੰ ਖਾਣ ਦੀ ਕੀ ਲੋੜ ਹੈ। ਕੋਈ ਵੀ ਫੂਡ ਚੰਗਾ ਮਾੜਾ ਨਹੀਂ ਹੁੰਦਾ, ਜਿਵੇਂ ਮੈਂ ਹਮੇਸ਼ਾ ਕਰਦਾ, ਬਟ ਇਸ ਟੋਟਲੀ ਡਿਪੈਂਡ ਔਨ ਇੰਡੀਵਿਜੁਅਲ। ਕੁਛ ਚੀਜ਼ਾਂ ਮੈਨੂੰ ਸੂਟ ਕਰਦੀਆਂ, ਕੁਛ ਚੀਜ਼ਾਂ ਤੁਹਾਨੂੰ ਸੂਟ ਕਰਦੀਆਂ, ਕੁਛ ਚੀਜ਼ਾਂ ਤੁਹਾਨੂੰ ਕੁਛ ਖਾਣੀਆਂ ਚਾਹੀਦੀਆਂ, ਕੁਛ ਚੀਜ਼ਾਂ ਮੈਨੂੰ ਖਾਣੀਆਂ ਚਾਹੀਦੀਆਂ। ਤਾਂ ਹਰ ਇੱਕ ਦੀ ਆਪਣੀ ਆਪਣੀ ਬਾਡੀ ਹੈ, ਵੀ ਆਲ ਨੋ ਹਾਊ ਟੂ ਫਿਕਸ ਇਟ। ਉਹਦੇ ਲਈ ਸਾਡੇ ਗਿਆਨ ਲਈ ਬੜੇ ਬੈਠੇ ਨੇ। ਅਤੇ ਪਹਿਲੀ ਚੀਜ਼ ਆ ਜਾਂਦੀ ਹੈ ਡਾਇਟ, ਦੂਸਰੀ ਚੀਜ਼ ਆ ਜਾਂਦੀ ਹੈ ਕੰਸਿਸਟੈਂਸੀ। ਅਸੀਂ ਜਿੰਮ ਜਾਂਦੇ ਹਾਂ, ਇੱਕ ਦਿਨ ਜਾਂਦੇ ਹਾਂ, ਦੋ ਦਿਨ ਜਾਂਦੇ ਹਾਂ, ਦੋ ਦਿਨ ਔਫ ਕਰ ਲੈਂਦੇ ਹਾਂ, ਚਾਰ ਦਿਨ ਜਾਂਦੇ ਹਾਂ, ਪੰਜ ਦਿਨ ਔਫ ਕਰ ਲੈਂਦੇ ਹਾਂ, ਛੇ ਦਿਨ ਜਾਂਦੇ, ਕੰਸਿਸਟੈਂਸੀ ਨਹੀਂ ਆਉਂਦੀ, ਜਿਹੜੀ ਕਿ ਬਹੁਤ ਜ਼ਰੂਰੀ ਹੈ। ਤੁਸੀਂ ਇੱਕ ਪਹਿਲਾਂ ਹੋ ਗਿਆ, ਤੁਸੀਂ ਡਾਇਟ ਤਿਆਰ ਕਰ ਲਈ ਆਪਣੀ, ਹਫ਼ਤਾ 10 ਦਿਨ ਤੁਸੀਂ ਆਪਣੀ ਡਾਇਟ ਨੂੰ ਫੋਲੋ ਕੀਤਾ, ਤੁਹਾਨੂੰ ਪਤਾ ਹੈ ਕਿ ਤੁਸੀਂ ਹੁਣ ਚੀਟ ਨਹੀਂ ਕਰਦੇ, ਹੁਣ ਤੁਸੀਂ ਡਾਇਟ ਪ੍ਰੋਪਰਲੀ ਫੋਲੋ ਕਰ ਸਕਦੇ। ਦੈਨ ਦਾ ਸੈਕਿੰਡ ਸਟੈਪ ਇਜ਼ ਤੁਸੀਂ ਕੰਸਿਸਟੈਂਸੀ, ਸਟਾਰਟ ਗੋਇੰਗ ਜਿਮ, ਡੋਂਟ ਡੂ ਐਨੀ ਪਰਟੀਕੁਲਰ। ਆਪਾਂ ਹਰ ਲੋਕ ਕੀ ਕਰਦੇ ਨੇ, ਨੈੱਟ 'ਤੇ ਜਾ ਕੇ ਪਹਿਲਾਂ ਸਰਚ ਕਰਾਂਗੇ 4 ਵੀਕ ਸ਼ਰੈਡਿਡ ਪ੍ਰੋਗਰਾਮ, 5 ਵੀਕ ਸ਼ਰੈਡਿਡ, 3 ਵੀਕਸ ਬਾਡੀ ਟ੍ਰਾਂਸਫਰ, 3 ਮੰਥ ਬਾਡੀ ਟ੍ਰਾਂਸਫਰਮੇਸ਼ਨ, ਫਲਾਣਾ ਟਿਮਕਾਣਾ, ਜੋ ਮੈਂ ਕਰਦਾ ਸੀਗਾ। ਉਸ ਤੋਂ ਪਹਿਲਾਂ ਸਾਨੂੰ ਚਾਹੀਦਾ ਕਿ ਇੱਕ ਜਸਟ ਜਿੰਮ ਜਾਈਏ, ਕੁਛ ਵੀ ਕਰ ਲਈਏ, ਕਿਸੇ ਤਰ੍ਹਾਂ ਦਾ ਵਰਕਆਊਟ ਕਰ ਲਈਏ, ਕੁਛ ਵੀ ਟ੍ਰੈਡਮਿਲ ਕਰ ਲਈਏ, ਕੁਛ ਵੀ ਕਰ ਲਈਏ, ਕਮ ਬੈਕ ਹੋਮ, ਗੋ ਅਗੇਨ, ਡੂ ਇਟ, ਡੂ ਦਿਸ ਪ੍ਰੈਕਟਿਸ ਫੋਰ ਐਟਲੀਸਟ ਵੀਕ ਐਂਡ ਹਾਫ ਔਰ 2 ਵੀਕਸ। ਜਿੱਦਾਂ ਮੈਂ ਲਾਸਟ ਕੁਛ ਦੇਰ ਤੋਂ ਆਪਣੀ ਸੈਰ ਦੀ ਪ੍ਰੈਕਟਿਸ ਕਰ ਰਿਹਾ, ਆ ਵਾਕ ਐਵਰੀ ਸਿੰਗਲ ਡੇ। ਜਿਹੜੇ ਲੋਕ ਸਾਨੂੰ ਇੰਸਟਾਗ੍ਰਾਮ ਉਸ 'ਤੇ ਸਨੈਪਚੈਟ 'ਤੇ ਫੋਲੋ ਕਰ ਰਹੇ ਨੇ, ਡੈਫੀਨੇਟਲੀ ਲੋ ਆਊਟ ਐਵਰੀ ਸਿੰਗਲ ਡੇ ਕਿ ਕਿੰਨੀ ਵਾਕ ਕੀਤੀ ਹੈ, ਕਿੱਦਾਂ ਕੀਤੀ। ਇਟਸ ਜਸਟ ਟੂ ਮੋਟੀਵੇਟ ਅਦਰ, ਬਟ ਯੈਸ। ਅਤੇ ਉਹ ਆਪਣੀ ਕੰਸਿਸਟੈਂਸੀ, ਜਦੋਂ ਕੰਸਿਸਟੈਂਸੀ ਆ ਗਈ, ਦੈਨ ਵੀ ਗੋ ਇਨ ਅ ਥਰਡ ਪਲੈਨ, ਥਰਡ ਫੇਸ ਆ ਗਿਆ, ਜਿਹਦੇ 'ਚ ਅਸੀਂ ਆਪਣੇ ਆਪ ਨੂੰ ਟ੍ਰੇਨ ਕਰਦੇ ਹਾਂ। ਹੁਣ ਟ੍ਰੇਨ ਕਰਦੇ ਹਾਂ, ਉਹਦੀ ਪ੍ਰੋਪਰ ਸਪੋਰਟ ਦੇ ਲਈ ਸਾਡੇ ਕੋਲ ਨਿਊਟ੍ਰੀਸ਼ਨ ਹੈ, ਪਲੱਸ ਸਾਨੂੰ ਪਤਾ ਕਿ ਅਸੀਂ ਕੰਸਿਸਟੈਂਟ ਹੈ, ਹੁਣ ਅਸੀਂ ਕਰ ਸਕਦੇ ਹਾਂ। ਫਿਰ ਆ ਜਾਂਦਾ ਕਿ ਚੌਥਾ ਸਟੇਜ, ਜਿਹੜੇ ਉਹ ਡਿਪੈਂਡ ਕਰਦਾ ਇੰਡੀਵਿਜੁਅਲ 'ਤੇ, ਜੇ ਤੁਸੀਂ ਲੜਨਾ ਨਹੀਂ ਲੜਨਾ। ਆ ਹੈਵ ਅ ਪਲੈਨ ਕਿ ਨੈਕਸਟ ਈਅਰ ਆ ਡੈਫੀਨੇਟਲੀ ਗੋ ਇਨ ਅ ਸਮ ਕਾਇੰਡ ਆਫ ਬਾਡੀ ਬਿਲਡਿੰਗ ਕੰਪੀਟੀਸ਼ਨ, ਭਾਵੇਂ ਜਿੱਤੀਏ ਚਾਹੇ ਹਾਰੀਏ, ਡੈਫੀਨੇਟਲੀ ਜਾਵਾਂਗੇ ਜ਼ਰੂਰ। ਅਤੇ ਫਿਰ ਆ ਜਾਂਦਾ ਹੈ ਕਿ ਕੁਛ ਕਹਿੰਦੇ ਨੇ ਕਿ ਜਿੱਦਾਂ ਹੁਣ ਮੇਰੇ ਕੋਲ ਮੈਸੇਜ ਆਇਆ ਇੱਕ, ਦੇ ਨੋਟ ਗੈਟਿੰਗ, ਆਮ ਨੋਟ ਗੈਟਿੰਗ ਇਨਫ ਮੋਟੀਵੇਸ਼ਨ। ਇਹਦੇ ਬਾਰੇ ਮੈਂ ਗੱਲ ਕਰਨੀ ਸੀ, ਆਮ ਨੋਟ ਗੈਟਿੰਗ ਇਨਫ ਮੋਟੀਵੇਸ਼ਨ। ਦੇਖੋ, ਥੋੜ੍ਹੇ ਦਿਨ ਪਹਿਲਾਂ ਵੀ ਕਮੈਂਟ ਇੱਕ ਆਇਆ ਸੀਗਾ, ਕਹਿੰਦੇ ਕਿ, ਚਲੋ ਉਹ ਕਮੈਂਟ ਨਹੀਂ ਆਪਾਂ ਡਿਸਕਸ ਕਰਦੇ, ਕਿ ਮੋਟੀਵੇਸ਼ਨ ਇੱਦਾਂ ਦਾ, ਆਈ ਡੋਂਟ ਫੀਲ ਲਾਈਕ ਇਹ ਕੋਈ ਐਸੀ ਚੀਜ਼ ਹੈ ਜਿਹੜੀ ਸਾਨੂੰ ਰੈਗੂਲਰ, ਮੋਟੀਵੇਸ਼ਨ ਇਜ਼ ਲਾਈਕ ਅ ਫੀਲਿੰਗ, ਇਸ ਕਮ ਐਂਡ ਗੋ। ਮੋਟੀਵੇਸ਼ਨ, ਤੁਸੀਂ ਅੱਜ ਮੋਟੀਵੇਟ ਹੋ ਸਕਦੇ ਹੋ ਕਿਸੇ ਦੀ ਗੱਲਾਂ ਤੋਂ, ਮੇਰੀ ਗੱਲਾਂ ਤੋਂ, ਮੈਂ ਕਿਸੇ ਦੀ ਗੱਲਾਂ ਤੋਂ ਅੱਜ ਮੋਟੀਵੇਟ ਹੋ ਗਿਆ, ਕੱਲ੍ਹ ਰਵਾਂਗਾ, ਪਰਸੋਂ ਰਵਾਂਗਾ, ਹਫ਼ਤਾ, 10 ਦਿਨ, ਇਟਸ ਨੋਟ ਗੋਨ ਲਾਸਟ ਫੋਰ ਐਵਰ। ਤੁਸੀਂ ਉਹ ਕਿਸੇ ਹਮੇਸ਼ਾ ਨਹੀਂ ਸੋਚ ਸਕਦੇ ਕਿ ਹਰ ਵਾਰੀ ਤੁਸੀਂ ਮੋਟੀਵੇਟ ਹੋਵੋਗੇ ਤਾਂ ਹੀ ਤੁਸੀਂ ਜਿੰਮ ਜਾ ਸਕਦੇ ਹੋ, ਜਾਂ ਮੋਟੀਵੇਟ ਹੋਵੋਗੇ ਤਾਂ ਹੀ ਤੁਸੀਂ ਵਰਕਆਊਟ ਕਰਦੇ ਹੋ। ਯੂ ਡੋਂਟ ਨੀਡ ਐਨੀ ਟਾਈਪ ਆਫ ਮੋਟੀਵੇਸ਼ਨ, ਇਸ ਯੂ ਆਲ ਨੀਡ ਟੂ ਡੈਡੀਕੇਟ। ਤੁਸੀਂ ਆਪਣਾ ਪਹਿਲਾਂ ਉਹ ਵਿਚਾਰੋ ਕਿ ਤੁਸੀਂ ਵਾਈ ਯੂ ਵਾਂਟ ਟੂ ਲੂਜ਼ ਵੇਟ, ਵਾਈ ਯੂ ਵਾਂਟ ਟੂ ਗੈਟ ਫਿੱਟ, ਵਟਸ ਯੂਰ ਗੋਲ। ਫਿਰ ਡੈਡੀਕੇਸ਼ਨ ਆ ਗਈ ਉਹਦੇ 'ਚ, ਮੋਟੀਵੇਸ਼ਨ ਇਜ਼
ਕਮ ਐਂਡ ਗੋ ਦਿਸ ਨਥਿੰਗ ਤੁਸੀਂ ਉਹਦੇ ਵਿੱਚ ਥੋੜ੍ਹੀ ਜਿਹੀ ਆਪਣੇ ਵਰਕਆਊਟ ਦੇ ਵਿੱਚ ਐਕਸਾਈਟਮੈਂਟ ਰੂਟੀਨ ਦੇ ਵਿੱਚ ਜਦੋਂ ਤੱਕ ਐਕਸਾਈਟਮੈਂਟ ਨਹੀਂ ਆਏਗੀ ਉਹ ਮੋਟੀਵੇਸ਼ਨ ਲੱਖ ਆ ਜੇ ਉਹ ਜਾਂਦੀ ਰਹੇਗੀ ਉਹਦੇ 'ਚ ਐਕਸਾਈਟਮੈਂਟ ਕਰੋ ਕਿ ਡੇਲੀ ਤੁਹਾਨੂੰ ਪਤਾ ਨਵੀਂ ਚੀਜ਼ ਯੂ ਕੈਨ ਡੂ ਸਮਥਿੰਗ ਇਫ ਯੂ ਫੋਲੋ ਦਾ ਸੇਮ ਰੂਟੀਨ ਉੱਥੇ ਜਾ ਕੇ ਆਪਣੇ ਬਾਈਸੈਪ ਜਾਂ ਐਕਸਰਸਾਈਜ਼ ਆਪਾਂ ਜੋ ਮੈਂ ਪਹਿਲਾਂ ਕਰਦਾ ਸੀ ਉੱਥੇ ਜਾ ਕੇ ਰੋਜ਼ ਇੱਕੋ ਬਾਡੀ ਪਾਰਟ ਟ੍ਰੇਨ ਕਰੀ ਜਾਵਾਂਗੇ ਉਹ ਥੋੜ੍ਹੀ ਦੇਰ ਬਾਅਦ ਬੋਰ ਹੋ ਜਾਂਦਾ ਇੱਕੋ ਰੂਟ 'ਤੇ ਵਾਕ ਕਰੀ ਜਾਵਾਂਗੇ ਥੋੜ੍ਹੀ ਦੇਰ ਬਾਅਦ ਬੋਰ ਹੋ ਜਾਂਦਾ ਡਾਇਟ 'ਚ ਵੀ ਸੇਮ ਚੀਜ਼ ਆ ਗਈ ਟਰਾਈ ਡਿਫਰੈਂਟ ਫੂਡ ਡਿਫਰੈਂਟ ਫੂਡ ਨੂੰ ਆਪਾਂ ਟਰਾਈ ਕਰੀਏ ਜੇ ਰੋਜ਼ ਹੀ ਆਪਾਂ ਸੂਪ ਉਬਾਲ ਕੇ ਪੀ ਜਾਵਾਂਗੇ ਜਾਂ ਇੱਦਾਂ ਦੀ ਚੀਜ਼ ਰੋਜ਼ ਹੀ ਖਾਈ ਜਾਵਾਂਗੇ ਡੈਫੀਨੇਟਲੀ ਇਸ ਕੋਨੇ ਵੀ ਬੋਰਿੰਗ ਜੇ ਤੁਸੀਂ ਸਨੈਪਚੈਟ 'ਤੇ ਦੇਖੋ ਸਾਡੀ ਕੋਈ ਵੀ ਸਬਜ਼ੀ ਸੇਮ ਨਹੀਂ ਹੁੰਦੀ ਇੱਕ ਦਿਨ ਜਾਂ ਦੋ ਦਿਨ ਓਬਵੀਅਸਲੀ ਸਵੇਰੇ ਸ਼ਾਮ ਕਈ ਵਾਰ ਸੇਮ ਹੋ ਜਾਂਦੀ ਹੈ ਬਟ ਇਹ ਕੋਸ਼ਿਸ਼ ਹਮੇਸ਼ਾ ਹੁੰਦੀ ਹੈ ਕਿ ਇਸ ਕੀਪ ਰੋਟੇਟਿੰਗ ਕਿ ਕੁਛ ਨਾ ਕੁਛ ਨਵੀਂ ਚੀਜ਼ ਬਣਾਉਂਦੇ ਰਹੀਏ ਅਤੇ ਤੁਹਾਨੂੰ ਕੋਈ ਸਪੈਸ਼ਲ ਫੂਡ ਖਾਣ ਦੀ ਲੋੜ ਨਹੀਂ ਹੈ ਜਿਹੜੀ ਤੁਸੀਂ ਨਹੀਂ ਖਾਧੀ ਹੁਣ ਮੈਂ ਕਈਆਂ ਨੂੰ ਦੇਖਦਾ ਕਿ ਦੇ ਸਟਾਰਟ ਹੈਵਿੰਗ ਐਵਾਕਾਡੋ ਦੇ ਸਟਾਰਟ ਹੈਵਿੰਗ ਓਲੀਵ ਓਇਲ ਔਰ ਸਮਥਿੰਗ ਆਪਾਂ ਰੂਟੀਨ 'ਚ ਨਹੀਂ ਖਾਂਦੇ ਜੇ ਨਹੀਂ ਖਾਂਦੇ ਤਾਂ ਕੋਈ ਲੋੜ ਨਹੀਂ ਹੈ ਉਹਨਾਂ ਨੇ ਤੁਹਾਨੂੰ ਕੋਈ ਬਾਹਲਾ ਤਕੜਾ ਨਹੀਂ ਕਰ ਦੇਣਾ ਜਸਟ ਫੋਲੋ ਦਾ ਸੇਮ ਓਲਡ ਟ੍ਰੈਡੀਸ਼ਨਲ ਡਾਇਟ ਜਿਹੜੀ ਸਾਨੂੰ ਬੋਰਿੰਗ ਨਾ ਲੱਗੇ ਫਿਰ ਆ ਜਾਂਦਾ ਹੈ ਟ੍ਰਾਈ ਡਿਫਰੈਂਟ ਜੇ ਤੁਸੀਂ ਇੱਕੋ ਰੂਟ 'ਤੇ ਰੋਜ਼ ਜਾ ਰਹੇ ਹੋ ਡੈਫੀਨੇਟਲੀ ਇਸ ਕੋਨੇ ਵੀ ਬੋਰਿੰਗ ਦੇ ਇਟਸ ਨੋ ਐਕਸਾਈਟਮੈਂਟ ਤੁਸੀਂ ਇੱਕੋ ਰਾਹ 'ਤੇ ਸੈਰ ਕਰ ਰਹੇ ਹੋ ਚੂਜ਼ ਦਾ ਡਿਫਰੈਂਟ ਪਾਥ ਡਿਫਰੈਂਟ ਆਪਾਂ ਚੂਜ਼ ਕਰਾਂਗੇ ਫਿਰ ਆ ਗਿਆ ਉਹਦਾ ਡਰੈਸ ਕੋਡ ਚੂਜ਼ different dresses to go for walk every single day or gym de layi assi ki karde hain walk de layi pajama pa ke chappla pa ke tur pehne obviously ode kitho excitement aani hai assi sochde hain ki is inu last cheez hai eh jehdi walk karni hai health saadi sari itte last paati hai jad ki eh bilkul galat hai ਫਿਰ ਆ ਜਾਂਦਾ ਕਿ ਮਿਊਜ਼ਿਕ ਆਪਾਂ ਡਿਫਰੈਂਟ ਮਿਊਜ਼ਿਕ ਸੁਣ ਸਕਦੇ ਹਾਂ ਇਹ ਨਹੀਂ ਹੈ ਕਿ ਆਪਾਂ ਇੱਕੋ ਗਾਣੇ ਨੂੰ ਸੁਣਾਂਗੇ ਓਬਵੀਅਸਲੀ ਉਹਨੂੰ ਵੀ ਬੋਰ ਹੋਵਾਂਗੇ ਅਤੇ ਇਸ ਤਰ੍ਹਾਂ ਆਪਾਂ ਕਈ ਚੀਜ਼ਾਂ ਉਹਦੇ 'ਚ ਆਪਾਂ ਇੰਪਲੀਮੈਂਟ ਕਰ ਸਕਦੇ ਹਾਂ ਜਿਸ ਨਾਲ ਅਸੀਂ ਆਪਣਾ ਵਰਕਆਊਟ ਆਪਣੀ ਰੂਟੀਨ ਨੂੰ ਥੋੜ੍ਹਾ ਐਕਸਾਈਟਿਡ ਬਣਾ ਲਾਂਗੇ ਤਾਂ ਉਹ ਬੋਰ ਨਹੀਂ ਲੱਗੂਗੀ ਫਿਰ ਉਹ ਕੰਟੀਨਿਊ ਹੁੰਦੀ ਵੀ ਰਹੂਗੀ ਉਸ ਤੋਂ ਬਾਅਦ ਆ ਜਾਂਦਾ ਕਿ ਆਪਾਂ ਨੂੰ ਉਸ ਤੋਂ ਪਹਿਲਾਂ ਕਰਨ ਦੀ ਲੋੜ ਹੈ ਕਿ ਮਈਅਰ ਯੂਅਰ ਸਟਰੈਂਥ ਪਾਵਰ ਐਂਡ ਵੀਕਨੈਸ ਐਂਡ ਓਪਰਚੁਨਿਟੀਜ਼ ਇਹ ਆਪਾਂ ਹਮੇਸ਼ਾ ਸੁਣਿਆ ਕਿ ਐਨਾਲਾਈਜ਼ ਕਰ ਲਈਏ ਕਿ ਆਪਾਂ ਆਪਣੀ ਸਟਰੈਂਥ ਦੇਖ ਲਈਏ ਆਪਣੀ ਪਾਵਰ ਦੇਖ ਲਈਏ ਆਪਣੀ ਵੀਕਨੈਸ ਦੇਖ ਲਈਏ ਆਪਣੀ ਓਪਰਚੁਨਿਟੀ ਦੇਖ ਲਈਏ ਅੱਗੇ ਵੀ ਵਨ ਐਗਜ਼ਾਮਪਲ ਮੇਰੀ ਵੀਕਨੈਸ ਹੈਗੀ ਕਿ ਜਦੋਂ ਸ਼ਾਮ ਦਾ ਟਾਈਮ ਹੁੰਦਾ ਜਦੋਂ ਬੱਚਿਆਂ ਨੇ ਖਾਣਾ ਹੁੰਦਾ ਅਤੇ ਦੈਟਸ ਦਾ ਟਾਈਮ ਵੈਰੀ ਕਰੂਸ਼ਲ ਫੋਰ ਮੀ ਕਿ ਇਸ ਵੇਲੇ ਮੈਂ ਡਿਸਟਰੈਕਟ ਹੋ ਕੇ ਚੀਜ਼ ਡੈਫੀਨੇਟਲੀ ਹੋ ਜੂਗੀ ਤਾਂ ਉਸ ਟਾਈਮ ਕੀ ਆ ਆਈ ਚੂਜ਼ ਦੈਟ ਟਾਈਮ ਟੂ ਗੋ ਫੋਰ ਵਾਕ ਅਤੇ ਉਸ ਟਾਈਮ 'ਤੇ ਮੈਂ ਵਾਕ 'ਤੇ ਚਲਾ ਜਾਂਦਾ ਕਿ ਉਸ ਟਾਈਮ ਤੋਂ ਥੋੜ੍ਹਾ ਸੈਪਰੇਟ ਹੋ ਜਾਂਦਾ ਤਾਂ ਇਸ ਤਰ੍ਹਾਂ ਤੁਸੀਂ ਉਹਦੇ ਨਾਲ ਪਲੇ ਅਰਾਊਂਡ ਕਰ ਸਕਦੇ ਹੋ ਜਿਵੇਂ ਮੈਂ ਆਪਣਾ ਕਰਦਾ ਕਿ ਜਿੱਥੇ ਲੱਗਦਾ ਕਿ ਹੁਣ ਇੱਥੇ ਇਸ ਟਾਈਮ 'ਤੇ ਡਿਸਟਰੈਕਸ਼ਨ ਹੋਊਗੀ ਇਸ ਟਾਈਮ 'ਤੇ ਕੰਮ ਔਖਾ ਹੈ ਤਾਂ ਉੱਥੋਂ ਬਾਹਰ ਨਿਕਲ ਜਾਓ ਜੇ ਲੱਗਦਾ ਕਿ ਤੁਹਾਨੂੰ ਇਹ ਟੈਂਪਟਿੰਗ ਫੂਡ ਤੁਹਾਨੂੰ ਤੰਗ ਕਰੂਗਾ ਜਸਟ ਉਹਨੂੰ ਆਪਣਾ ਰਿਪਲੇਸ ਕਰ ਦਿਉ ਉਹਦੀ ਜਗ੍ਹਾ 'ਤੇ ਜੇ ਹੁਣ ਲੇਡੀਜ਼ ਨੂੰ ਹੁੰਦਾ ਕਿ ਜਦੋਂ ਉਹ ਕੁਕਿੰਗ ਕਰਦੇ ਆ ਉਹਨਾਂ ਤੋਂ ਕੁਛ ਨਾ ਕੁਛ ਖਾਧਾ ਜਾਂਦਾ ਤਾਂ ਬੈਟਰ ਹੈ ਕਿ ਉਸ ਵੇਲੇ ਕੁਛ ਹੈਲਥੀ ਸਨੈਕਸ ਆਪਣੇ ਲਈ ਅਲੱਗ ਤੋਂ ਰੱਖ ਲਓ ਜੇ ਬੱਚਿਆਂ ਨੂੰ ਖਵਾ ਰਹੇ ਹੋ ਆਪਣਾ ਹੈਲਥੀ ਸਨੈਕਸ ਨਾਲ ਰੱਖ ਲਓ ਉਹ ਨਾਲ ਖਾ ਸਕਦੇ ਹੈ ਇਹ ਨਹੀਂ ਹੈ ਕਿ ਆਪਾਂ ਬਾਅਦ ਖਾਵਾਂਗੇ ਤਾਂ ਓਬਵੀਅਸਲੀ ਉਸ ਦੌਰਾਨ ਚੀਟ ਹੋਊਗੀ ਤਾਂ ਇਹ ਛੋਟੀ ਛੋਟੀ ਚੀਜ਼ਾਂ ਹੈ ਜਿਸ ਨੂੰ ਆਪਾਂ ਉਸ ਵੇਲੇ ਫਿਕਸ ਕਰ ਸਕਦੇ ਹਾਂ ਫਿਰ ਆ ਜਾਂਦਾ ਜਿਵੇਂ ਇੱਕ ਹੋਰ ਇਗਜ਼ਾਮਪਲ ਹੈ ਕਿ ਕੁਛ ਲੋਕ ਹੁੰਦੇ ਨੇ ਕਿ ਸ਼ਾਮ ਨੂੰ ਉਹਨਾਂ ਤੋਂ ਰਿਹਾ ਨਹੀਂ ਜਾਂਦਾ ਤਾਂ ਉਹਨਾਂ ਲਈ ਇੱਕ ਪਲਾਨ ਹੋ ਜਾਂਦਾ ਹੈ ਕਿ ਜਿੱਦਾਂ ਆਪਣਾ ਜਿਹੜਾ ਬ੍ਰੇਕਫਾਸਟ ਹੈ ਉਹਨੂੰ ਪਹਿਲਾਂ ਹੀ ਡਿਲੇ ਕਰ ਲਓ ਜਿਹੜਾ ਲੈਟਸ ਸੇ 8 ਵਜੇ ਬ੍ਰੇਕਫਾਸਟ ਕਰਦੇ ਹੋ ਉਹਨੂੰ 9, 10, 11 ਵਜੇ ਕਰ ਲਓ ਤਾਂ ਉਸ ਤੋਂ ਬਾਅਦ ਕੀ ਹੋਊਗਾ ਲੰਚ ਹੈ ਲੰਚ ਵੀ ਡਿਲੇ ਹੋ ਜੂਗਾ ਡਿਨਰ ਹੈ ਡਿਨਰ ਵੀ ਥੋੜ੍ਹਾ ਡਿਲੇ ਹੋ ਜੂਗਾ ਫਿਰ ਉਹਦੇ ਵਿੱਚ ਜਦੋਂ ਐਕਚੁਅਲ ਤੁਸੀਂ ਬੱਚਿਆਂ ਨੂੰ ਜਾਂ ਤੁਸੀਂ ਤੁਹਾਨੂੰ ਲੱਗਦਾ ਕਿ ਇਸ ਵੇਲੇ ਡਿਸਟਰੈਕਸ਼ਨ ਹੋਊਗੀ ਚੀਟ ਹੋਊਗਾ ਤਾਂ ਉਸ ਵੇਲੇ ਆਪਣਾ ਪ੍ਰੋਪਰ ਮੀਲ ਲੈ ਲਓ ਫਿਰ ਉਹ ਡਿਸਟਰੈਕਸ਼ਨ ਦਾ ਟਾਈਮ ਵਿੱਚ ਨਿਕਲ ਜੂਗਾ ਬਟ ਇਹ ਹਮੇਸ਼ਾ ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਇਫ ਵੀ ਵਾਂਟ ਸਮਥਿੰਗ ਵੀ ਨੀਡ ਟੂ ਵਰਕ ਫੋਰ ਇਟ ਇਫ ਵੀ ਵਾਂਟ ਟੂ ਅਚੀਵ ਸਮਥਿੰਗ ਡੈਫੀਨੇਟਲੀ ਆਪਾਂ ਨੂੰ ਆਪਣੇ ਆਪ ਨੂੰ ਚੇਂਜ ਕਰਨਾ ਪਊਗਾ ਜੇ ਆਪਾਂ ਆਪਣੇ ਆਪ ਨੂੰ ਚੇਂਜ ਨਹੀਂ ਕਰਾਂਗੇ ਤਾਂ ਦਿਸ ਨੋ ਵੇ ਕੋਈ ਨਹੀਂ ਆ ਕੇ ਘੋਲ ਕੇ ਪਿਲਾ ਸਕਦਾ ਕੋਈ ਕੁਛ ਨਹੀਂ ਕਰ ਸਕਦਾ ਵੀ ਨੀਡ ਟੂ ਚੇਂਜ ਯੂ ਗੈਟ ਮੋਟੀਵੇਟਿਡ ਫਰੋਮ ਸਮ ਟਾਈਮ ਫਰੋਮ ਸਮਵੇਅਰ ਬਟ ਦ ਥਿੰਗ ਇਜ਼ ਕਿ ਮੋਟੀਵੇਸ਼ਨ ਆਉਂਦੀ ਜਾਂਦੀ ਰਹੂਗੀ ਪਰ ਇਹਦੇ ਨਾਲ ਇੱਕ ਕਮਿਟਮੈਂਟ ਕਹਿ ਕੇ ਚੱਲਾਂਗੇ ਤਾਂ ਡੈਫੀਨੇਟਲੀ ਆਪਾਂ ਉਸਨੂੰ ਅਚੀਵ ਕਰਾਂਗੇ ਯੂ ਕੈਨ ਅਚੀਵ ਇਟ ਓਨਲੀ ਇਫ ਯੂ ਡ੍ਰੀਮ ਇਟ ਅਤੇ ਬਲੀਵ ਇਟ ਐਂਡ ਬਲੀਵ ਯੂ ਕੈਨ ਅਚੀਵ ਇਟ ਓਨਲੀ ਇਫ ਯੂ ਬਲੀਵ ਔਨ ਯੂਰ ਸੈਲਫ ਯੂ ਕੈਨ
ਪਹਿਲਾਂ ਤਾਂ ਹੈਗਾ ਸੁਪਨਾ ਦੇਖਾਂਗੇ ਤਾਂ ਹੀ ਉਹਦੇ ਵੱਲ ਨੂੰ ਤੁਰਾਂਗੇ, ਫਿਰ ਉਸ ਤੋਂ ਬਾਅਦ ਆ ਜਾਂਦਾ ਬਲੀਵ, ਬਲੀਵ ਕਰਾਂਗੇ, ਡੈਡੀਕੇਟ ਕਰਾਂਗੇ ਤਾਂ ਡੈਫੀਨੇਟਲੀ ਵੀ ਕੈਨ ਅਚੀਵ ਦੈਟ। ਇਟਸ ਅ ਸਿੰਪਲ ਥਿੰਗ ਜੋ ਅਸੀਂ ਕਰਦੇ ਹਾਂ, ਜੋ ਕੀਤੀ ਹੈ, ਅਤੇ ਹੋਪਫੁਲੀ ਤੁਸੀਂ ਵੀ ਉਹਨੂੰ ਇੰਪਲੀਮੈਂਟ ਕਰੋਗੇ। ਜੇ ਨੈਕਸਟ ਟਾਈਮ ਆਪਾਂ ਲਾਈਵ ਵੀਡੀਓ 'ਚ ਕੋਸ਼ਿਸ਼ ਕਰਾਂਗੇ ਕਿ ਆਪਾਂ ਕਿਸੇ ਦੀ ਕਾਲ ਵੀ ਲੈ ਸਕੀਏ, ਅਤੇ ਨੈਕਸਟ ਟਾਈਮ ਮੈਂ ਤੁਹਾਨੂੰ ਦੱਸੂਗਾ ਕਿ ਆਪਣਾ ਕੋਈ ਰੈਗੂਲਰ ਆਪਾਂ ਫੋਨ ਇੱਕ ਇੰਪਲੀਮੈਂਟ ਕਰਾਂਗੇ ਕਿ ਜਿੱਥੇ ਤੁਸੀਂ ਕਾਲ ਵੀ ਕਰ ਸਕਦੇ ਹੋ, ਆਪਾਂ ਇੱਕ ਦੂਜੇ ਨਾਲ ਫੋਨ 'ਤੇ ਵੀ ਗੱਲ ਕਰ ਸਕਦੇ ਹਾਂ ਲਾਈਵ ਵੀਡੀਓ ਦੇ ਵਿੱਚ। ਅਤੇ ਇਹ ਸੀਗਾ ਥੋੜ੍ਹਾ ਸਰਪ੍ਰਾਈਜ਼ਿੰਗ ਕਰਕੇ ਐਪੀਸੋਡ ਸੀਗਾ। ਨੈਕਸਟ ਵੀਕ ਆਪਾਂ ਫਿਰ ਇਸੀ ਟਾਈਮ ਫਰਾਈਡੇ ਨੂੰ ਆਫਟਰਨੂਨ ਜਾਂ ਸੰਡੇ ਨੂੰ 10 ਵਜੇ ਦੁਬਾਰਾ ਲਾਈਵ ਕਰਾਂਗੇ। ਉਹਦੇ ਉਸ ਦੌਰਾਨ ਤੱਕ ਜੇ ਤੁਹਾਡੇ ਕੋਈ ਵੀ ਕੁਐਸਚਨ ਹੈ, ਕੋਈ ਵੀ ਸੁਝਾਵ ਹੈ, ਕੋਈ ਵੀ ਫੀਡਬੈਕ ਹੈ, ਤਾਂ ਪਲੀਜ਼ ਮੈਨੂੰ ਮੈਸੇਜ ਕਰ ਦਿਓ, ਲਾਈਵ ਵੀਡੀਓ 'ਚ ਕਰ ਦਿਓ ਜਾਂ ਉੱਦਾਂ ਟੈਕਸਟ ਮੈਸੇਜ ਕਰ ਦਿਓ। ਆਰ ਡੈਫੀਨੇਟਲੀ ਟੇਕ ਦੋਸ ਮੈਸੇਜਿਸ ਅਤੇ ਆਪਾਂ ਜ਼ਰੂਰ ਉਸ 'ਤੇ ਗੱਲ ਕਰਾਂਗੇ ਅਤੇ ਇੱਕ ਦੂਜੇ ਦੀ ਸਲਾਹ ਮਸ਼ਵਰਾ ਕਰਕੇ ਉਹਨੂੰ ਅੱਗੇ ਵਧਾਵਾਂਗੇ। ਅਤੇ ਹੋਪਫੁਲੀ ਅਤੇ ਪਲੀਜ਼ ਲਾਈਵ ਵੀਡੀਓ ਦੇ ਥੱਲੇ ਜ਼ਰੂਰ ਕਮੈਂਟ ਕਰਿਓ, ਮੈਸੇਜ ਕਰਿਓ ਜੇ ਤੁਸੀਂ ਸਾਡਾ ਪ੍ਰੋਡਕਟ ਯੂਜ਼ ਕੀਤਾ ਜਾਂ ਸਾਡਾ ਪਲਾਨ ਨੂੰ ਫੋਲੋ ਕੀਤਾ ਅਤੇ ਤੁਸੀਂ ਕਿੱਦਾਂ ਦੇ ਰਿਜ਼ਲਟ ਕਰੇ, ਭਾਵੇਂ ਚੰਗੇ ਆ ਜਾਂ ਮਾੜੇ ਆ, ਪਲੀਜ਼ ਇੱਕ ਵਾਰੀ ਥੱਲੇ ਕਮੈਂਟ 'ਚ ਜ਼ਰੂਰ ਦੱਸਿਓ ਅਤੇ ਡੈਫੀਨੇਟਲੀ ਆਪਾਂ ਇਸ ਨੂੰ ਬੈਟਰ ਕਰਨ ਦੀ ਕੋਸ਼ਿਸ਼ ਕਰਾਂਗੇ। ਹੋਪਫੁਲੀ ਅੱਜ ਦਾ ਠੀਕ ਠੀਕ ਰਿਹਾ, ਇੰਨਾ ਚੰਗਾ ਵੀ ਨਹੀਂ, ਇੰਨਾ ਮਾੜਾ ਵੀ ਨਹੀਂ ਰਿਹਾ ਹੋਪਫੁਲੀ, ਬਟ ਨੈਕਸਟ ਟਾਈਮ ਆਪਾਂ ਡੈਫੀਨੇਟਲੀ ਇਸ ਨੂੰ ਬੈਟਰ ਕਰਾਂਗੇ। ਅਤੇ ਗੁੱਡ ਲੱਕ, ਥੈਂਕ ਯੂ, ਸਟੇ ਟਿਊਨ, ਅਤੇ ਆਪਾਂ ਜ਼ਰੂਰ ਮਿਲਦੇ ਹਾਂ ਅਤੇ ਕੱਲ੍ਹ ਨੂੰ ਐਨੀਵੇ ਮਿਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ।